ਕੀ ਨਾਮ ਹੈ ਤੁਹਾਡਾ? ਗੁਰਪ੍ਰੀਤ ਕੌਰ। ਕਿੱਥੋਂ ਆਏ ਤੁਸੀਂ? ਆਂਧੇਰੀ ਤੋਂ ਆਏ। ਅੱਛਾ, ਤੇ ਹਸਪੀਟਲ ਬਾਰੇ ਤੁਹਾਨੂੰ ਕਿਵੇਂ ਪਤਾ ਲੱਗਿਆ ਸੀ? ਸਰਜਰੀ ਤੇ ਕਰਾ ਕੇ ਗਏ ਨੇ ਦੋ ਤਿੰਨ ਵਾਰ। ਅੱਛਾ, ਬਾਬਾ ਸਿੰਘ ਦਾ ਪ੍ਰੇਸ਼ਨ ਹੋਇਆ ਸੀ? ਅੱਛਾ, ਉਹਨਾਂ ਨੇ ਤੁਹਾਨੂੰ ਦੱਸਿਆ ਸੀ ਕਿ ਰਾਜ ਹਸਪੀਟਲ 'ਚ ਜਾਓ? ਹਾਂਜੀ ਹਾਂਜੀ, ਠੀਕ ਹੈ। ਤੇ ਤੁਹਾਨੂੰ ਜਿਹੜੀ ਬਾਬਾ ਸਿੰਘ ਦੀ ਦਿੱਕਤ ਸੀ, ਇਹ ਕਿੰਨੇ ਸਾਲ ਪੁਰਾਣੀ ਸੀ? ਮੈਨੂੰ ਤਾਂ ਮਤਲਬ ਸਾਲ ਤੋਂ ਹੀ ਪਤਾ ਲੱਗਿਆ। ਅੱਛਾ, ਬਲੀਡਿੰਗ ਹੋਣ ਲੱਗੀ। ਹਾਂਜੀ, ਤੇ ਫਿਰ ਤੁਸੀਂ ਇਹਦਾ ਕੋਈ ਟ੍ਰੀਟਮੈਂਟ ਵੀ ਲਿਆ ਸੀ ਕਿਤੋਂ? ਹਾਂਜੀ, ਦਵਾਈਆਂ ਬਹੁਤ ਖਾਧੀ ਦੇਸੀ ਦਵਾਈਆਂ, ਕਹਿੰਦੇ ਨੇ ਕਿ ਫਲੈਟ ਸਾਰੇ ਖਾ ਲਓ, ਮੈਂ ਖਾ ਲਈ ਬਹੁਤ ਦਵਾਈਆਂ, ਖਾ ਲਈਆਂ ਮੈਂ ਦਵਾਈਆਂ, ਖਾ ਖਾ ਕੇ ਥੱਕ ਗਈ। ਅੱਛਾ, ਤੇ ਫਿਰ ਤੁਸੀਂ ਇੱਥੇ ਹਸਪੀਟਲ 'ਚ ਆਏ? ਤਾਂ ਤੁਸੀਂ ਮਾਰਨਿੰਗ 'ਚ ਇੱਥੇ ਆਏ ਸੀ ਤਾਂ ਪਹਿਲਾਂ ਤੁਹਾਡਾ ਚੈੱਕਅਪ ਹੋਇਆ ਹੈ ਨਾ, ਤਾਂ ਫਿਰ ਡਾਕਟਰ ਨੇ ਤੁਹਾਨੂੰ ਇਹ ਦੱਸਿਆ ਸੀ ਕਿ ਤੁਹਾਡਾ ਆਪਰੇਸ਼ਨ ਹੋਣਾ? ਮੈਂ ਹੀ ਅੱਜ ਮਨ ਬਣਾ ਕੇ ਆਈ ਸੀ ਆਪਰੇਸ਼ਨ ਕਰਾ ਕੇ ਜਾਣਾ। ਅੱਛਾ, ਠੀਕ ਹੈ। ਉਹ ਕਹਿੰਦੇ ਟੈਸਟ ਠੀਕ ਆ ਗਏ ਸਾਰੇ, ਮਤਲਬ ਕਿ ਆਪਰੇਸ਼ਨ ਕਰ ਦੂੰਗਾ ਤੁਹਾਡਾ। ਅੱਛਾ ਜੀ, ਫਿਰ ਰਿਪੋਰਟਾਂ ਠੀਕ ਆ ਗਈਆਂ? ਹਾਂ, ਆਪਰੇਸ਼ਨ ਸਾਰੇ ਠੀਕ ਹੈ। ਉਸ ਟਾਈਮ ਇਹ ਤਾਂ ਨਹੀਂ ਲੱਗਿਆ ਕਿ ਪਤਾ ਨਹੀਂ ਆਪਰੇਸ਼ਨ ਤੇ ਕੀ ਹੋਣਾ ਜਾਂ ਕੀ ਹੋਣਾ ਨਹੀਂ ਹੋਣਾ? ਅੱਛਾ, ਤੇ ਫਿਰ ਹੁਣ ਠੀਕ ਲੱਗ ਰਿਹਾ ਆਪਰੇਸ਼ਨ ਤੋਂ ਬਾਅਦ? ਨਹੀਂ ਹੋਣਾ, ਕੋਈ ਦਿੱਕਤ ਤਾਂ ਨਹੀਂ ਲੱਗੀ ਮਨ ਨੂੰ? ਠੀਕ ਹੈ। ਤੇ ਸਰਵਿਸ ਤੋਂ ਸੈਟੀਸਫਾਈਡ ਹੋ ਸਾਡੀ ਸਰਵਿਸ ਤੋਂ? ਨਹੀਂ ਹੋਣਾ। ਕੋਈ ਐਸੀ ਦਿੱਕਤ ਜੋ ਹਸਪੀਟਲ ਚ ਆਈ ਹੋਵੇ, ਕਿਸ ਤਰ੍ਹਾਂ ਦੀ ਗੱਲ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ? ਨਹੀਂ ਕੋਈ। ਵਧੀਆ ਲੱਗਿਆ ਸਿਸਟਮ? ਬਸ ਸਰ।